एक तो दिल्ली असी संघर्ष लड़ रहे हैं किसान, एक परमात्मा ने बहुत करोपी दिखाती भी कणक डिग के जी बे बर्बाद हो गई, हूँ ये तो घट्टो घट जी 50% नुकसान हो गया जिमीदार का। क्या परमात्मा की कृपा है, हूँ देखो परमात्मा भी उपर तंग करता है तो सरकार तंग करी जाती, उतो जट संघर्ष से बैठे ने, इधरों परमात्मा ने सारी कणक बछाती, कोई जट का हल नहीं जी। बारिश जी रात शुरू हुई थी 10-11 बजे बारिश पै गई जी, हजे फिर उपर जा खड़ा है, फिर पै रहा है जी, कोई पता नहीं इतों वध भी नुकसान हो जाए, गड़े मारी हो जाए, कोई होर हो जाए। ਖੜੀ ਬਿਲਕੁਲ ਧਰਤੀ ਦੇ ਨਾਲ ਹੀ ਪਿਛ ਗਈ ਇਹਦਾ ਕੀ ਨੁਕਸਾਨ ਇਹਦਾ 50% ਨੁਕਸਾਨ ਹੋ ਗਿਆ ਕਾਲਾ ਹੋ ਜੂ ਜੀ ਦਾਣਾ ਇਹ ਬਾਕੀ ਹੋ ਜੂ ਇਹਦੇ ਮਿਹਨਤ ਮਜ਼ਦੂਰੀ ਵੱਧ ਜਾਣੀ ਹੈ ਜੀ ਬਹੁਤ ਜੇ ਲੇਬਰ ਤੋਂ ਵਧਾਵਾਂਗੇ ਤਾਂ ਵੀ ਮਜ਼ਦੂਰੀ ਵੱਧ ਹੈ ਜੇ
ਜਿਹੜੀਆਂ ਫਸਲਾਂ ਅੱਜ ਤੋਂ 10 ਦਿਨ ਪਹਿਲਾਂ ਬਹੁਤ ਵਧੀਆ ਲੱਗ ਰਹੀਆਂ ਤੇ ਵੀ ਚਲੋ ਪਰਮਾਤਮਾ ਇਸ ਵਾਰ ਮਿਹਰ ਕਰੂਗਾ ਜਿਸ ਹਿਸਾਬ ਨਾਲ ਕਿਸਾਨ ਇਸ ਅੰਦੋਲਨ ਕਰਕੇ ਸੰਘਰਸ਼ 'ਚ ਸੀਗਾ ਵੀ ਇਹ ਪਰਮਾਤਮਾ ਵਾਹ ਫੜੂਗਾ, ਪਰ ਰਾਤ ਪਰਮਾਤਮਾ ਨੇ ਸਾਡੀਆਂ ਇਹ ਆਸਾਂ 'ਤੇ ਪਾਣੀ ਫੇਰਦਾ। ਉੱਧਰੋਂ ਤਾਂ ਸੰਘਰਸ਼ ਲੜ ਰਿਹਾ ਕਿਸਾਨੀ ਦਾ, ਇੱਧਰੋਂ ਤੁਸੀਂ ਦੇਖ ਸਕਦੇ ਹੋ ਪਿੱਛੇ ਫਸਲ ਹੈ ਕਿਉਂਕਿ ਇਸ 'ਚ ਹੁਣ ਦਾਣਾ ਬਣ ਚੁੱਕਿਆ। ਜਿਹੜੀ ਫਸਲ ਹੁਣੇ ਲੰਬੀ ਪੈ ਗਈ ਇਹ ਦੁਬਾਰੇ ਨਹੀਂ ਖੜੀ ਹੋਣੀ, ਜਿਹੜਾ ਇਹਦਾ ਦਾਣੇ ਦਾ ਪੂਰਾ ਇਹਨੇ ਖੜ ਕੇ ਅਸਰ ਲੈਣਾ ਸੀਗਾ ਉਹ ਇਹਨੂੰ ਪੂਰਾ ਨਹੀਂ ਮਿਲਣਾ, ਇਹਦੇ ਨਾਲ ਦਾਣਾ ਮਾਜੂ ਵੀ ਪਊਗਾ ਜੀ, ਹਲਕਾ ਪਊਗਾ, ਤੋ ਔਸਤਨ ਝਾੜ ਘਟੂਗਾ ਇਸ ਹਿਸਾਬ ਨਾਲ ਜਿਹੜਾ ਰਾਤ ਇਹ ਬਰਸਾਤ ਹੋਈ ਹੈ ਕਿਉਂਕਿ ਸਭ ਨੇ ਪਾਣੀ ਦੇ ਚੁੱਕੇ ਤੇ ਅਤੇ ਆਪਦਾ ਬਸ ਕਣਕ ਪੱਕਣਾ ਸੀ ਆਪਦੇ ਸਮਾਂ ਲੈ ਕੇ, ਅਤੇ ਉਹ ਇਹ ਬੇਮੌਸਮੀ ਬਰਸਾਤ ਜਿਹੜੀ ਹੋਈ ਹੈ ਲੇਟ ਆਈ ਹੈ ਪਰ ਇਹ ਨੁਕਸਾਨ ਕਰਕੇ ਗਈ ਹੈ, ਇਹਦਾ ਤੁਹਾਨੂੰ ਕੋਈ ਲਾਹਾ ਨਹੀਂ ਹੋਣਾ। ਮੌਸਮ ਤਾਂ ਜੇ ਫਿਰ ਖਰਾਬ ਆ ਦੁਬਾਰੇ ਫਿਰ ਤੁਹਾਨੂੰ ਲੱਗਦਾ ਵੀ ਜੇ ਦੁਬਾਰਾ ਫਿਰ ਪੈ ਗਿਆ ਫਿਰ ਹੋਰ ਨੁਕਸਾਨ ਹੋ ਸਕਦਾ? ਹੁਣ ਇਹ ਦੇਖੋ ਜੀ ਤਾਂ ਪਰਮਾਤਮਾ ਦੇ ਵੱਸ ਹੈ, ਕੁਦਰਤੀ ਕਰੋਪੀ ਕਹਿ ਸਕਦੇ ਆਪਾਂ, ਬਰਸਾਤ ਦਾ ਤਾਂ ਊਂ ਨੁਕਸਾਨ ਨਹੀਂ ਹੈਗਾ। ਜੇ ਫਸਲ ਨੂੰ ਹਵਾ ਹਨੇਰੀ ਨਾਲ ਚੱਲੂ ਗੜੇਮਾਰੀ ਹੋ ਗਈ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਆਹ ਬੱਲੀਆਂ ਟੁੱਟ ਗਈਆਂ ਨੇ, ਝਾੜਤੀਆਂ ਨੇ, ਅੱਧ ਪੱਕੀ ਜਿਹੜੀ ਫਸਲ ਆ ਉਹਨੂੰ ਬੜਾ ਨੁਕਸਾਨ, ਜਿਹੜੀ ਪੱਕਣ ਦੇ ਆਪਾਂ ਕਹਿ ਸਕਦੇ 15-20 ਦਿਨਾਂ ਨੂੰ ਤਿਆਰੀ ਸੀਗਾ ਉਹਨੂੰ ਬੜਾ ਨੁਕਸਾਨੀ ਗਈ ਹੈ ਇਹ। ਤੁਸੀਂ ਕੀ ਮੰਗ ਕਰਦੇ ਹੋ? ਮੈਨੂੰ ਲੱਗਦਾ ਵੀ ਸਰਕਾਰਾਂ ਹਰ ਵਾਰੀ ਤਾਂ ਕਹਿੰਦੇ ਨੇ ਵੀ ਜਿਵੇਂ ਕੋਈ ਕੁਦਰਤੀ ਕਰੋਪੀ ਹੁੰਦੀ ਆ ਅਸੀਂ ਜਿਹੜਾ ਹੈਗਾ ਨੁਕਸਾਨ ਦਾ ਭਰਪਾਈ ਕਰਾਂਗੇ, ਤੁਹਾਨੂੰ ਲੱਗਦਾ ਵੀ ਸਰਕਾਰਾਂ ਕੁਛ ਕਰਨਗੇ? ਸਰਕਾਰਾਂ ਤੋਂ ਅਜੇ ਤੱਕ ਤਾਂ ਜੀ ਕੁਛ ਮਿਲਿਆ ਨਹੀਂ ਹੈਗਾ, ਮੁਆਵਜ਼ੇ ਦੀ ਮੰਗ ਕਰਦੇ ਆ ਜ਼ਰੂਰ ਹਾਂ ਪਰ ਨਾ ਤਾਂ ਕਦੇ ਮੁਆਵਜ਼ੇ ਮਿਲਿਆ, ਹਰ ਵਾਰ ਧੋਖਾ ਹੀ ਖਾਧਾ। ਹੁਣ ਦੇਖ ਲਓ ਅਸੀਂ ਵੀ ਅਕਾਲੀ ਦਲ ਨੂੰ ਸਪੋਰਟ ਕਰੀ, ਲਾ ਲਓ ਉਹ ਕਰੀ ਤਾਂ ਨਰਿੰਦਰ ਮੋਦੀ ਜੀ ਨੂੰ ਸੀਗੀ, ਉਹ ਵੀ ਤੁਸੀਂ ਲਾ ਲਓ ਵੀ ਉੱਥੇ ਸੰਘਰਸ਼ਾਂ ਦੀ ਲੜਾਈ ਲੜ ਰਿਹਾ ਕਿਸਾਨ, ਨਾ ਤਾਂ ਉਹਦੀ ਕੋਈ ਗੱਲ ਸੁਣੀ ਜਾ ਰਿਹਾ, ਇੰਨੇ ਦਿਨ ਹੋ ਗਏ ਉੱਥੇ ਕੋਈ ਸੁਣਵਾਈ ਨਹੀਂ, ਨਾ ਹੁਣ ਇਹ ਪਰਮਾਤਮਾ ਸਾਡੀ ਲਵੇ ਸਾਡੀ ਸੁਣਵਾਈ ਆ, ਉਹ ਵੀ ਸਾਡਾ ਵੈਰੀ ਬਣ ਚੁੱਕਿਆ। ਹੁਣ ਬਸ ਤਾਂ ਹੁਣ ਪਰਮਾਤਮਾ ਅੱਗੇ ਇਹੀ ਕਹਿਣਾ ਵੀ ਚਲੋ ਜੋ ਨੁਕਸਾਨ ਹੋ ਗਿਆ ਹੁਣ ਪਰਮਾਤਮਾ ਸਾਨੂੰ ਸਮਾਂ ਦੇਵੇ ਅਤੇ ਅਸੀਂ ਫਸਲਾਂ ਵੱਢ ਸਕੀਏ।